ਸਤਿ ਸ਼੍ਰੀ ਅਕਾਲ ਆਤਮਿਕ ਸਕਸੈਸ ਸਟੋਰੀ ਹੈ ਕਰਨਵੀਰ ਸਿੰਘ ਦੀ ਉਨਕਾਰ ਸਿੰਘ ਉਹਨਾਂ ਦੇ ਫਾਦਰ ਇਸ ਵੀਜ਼ੇ ਨੂੰ ਰਿਸੀਵ ਕਰਨ ਵਾਸਤੇ ਆਏ ਨੇ ਸਕੂਲਿੰਗ ਵੀਜ਼ਾ ਅਕਸਰ ਹੀ ਕਿਹਾ ਜਾਂਦਾ ਕਿ ਸਕੂਲਿੰਗ ਵੀਜ਼ਾ ਸਿਰਫ ਗੱਲਾਂ ਦੇ ਵਿੱਚ ਹੀ ਹੈ ਬਟ ਤੁਸੀਂ ਦੇਖਦੇ ਹੋ ਕਿ ਸਾਡੀਆਂ ਵੀਡੀਓਜ਼ ਦੇ ਵਿੱਚ ਅਸੀਂ ਅਕਸਰ ਸਕੂਲਿੰਗ ਵੀਜ਼ਾ ਦੀ ਵੀਡੀਓਜ਼ ਸ਼ੇਅਰ ਕਰਦੇ ਹਾਂ ਬੱਚਿਆਂ ਨੂੰ ਸਕੂਲਿੰਗ ਵੀਜ਼ੇ ਤੇ ਆਸਟ੍ਰੇਲੀਆ ਪੈਰੈਂਟ ਸਿੰਗਲ ਪੈਰੈਂਟ ਦੇ ਨਾਲ ਭੇਜਿਆ ਜਾਂਦਾ ਐਜ਼ ਅ ਗਾਰਡੀਅਨ ਔਰ ਈਵਨ ਇਫ ਜੇਕਰ ਗਾਰਡੀਅਨ ਨਹੀਂ ਜਾਣਾ ਚਾਹੁੰਦਾ ਤਾਂ ਵੀ ਵੀਜ਼ਾ ਕੀਤਾ ਜਾ ਸਕਦਾ ਇਹਨਾਂ ਨੂੰ ਵੀਜ਼ਾ ਗ੍ਰਾਂਟ ਹੋਇਆ 23 ਜਨਵਰੀ 2023 ਨੂੰ 15 ਮਾਰਚ 2027 ਤੱਕ ਪੁੱਛਦੇ ਇਹਨਾਂ ਦੇ ਫਾਦਰ ਦਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਕੈਨਵਲ ਦੇ ਨਾਲ ਕੈਨਵਲ ਦੀ ਟੀਮ ਦੇ ਨਾਲ ਆਲ ਦਾ ਵੇ ਫਰੋਮ ਪਟਿਆਲਾ ਮੈਂ ਪੁੱਛਿਆ ਆਫ ਦਾ ਕੈਮਰਾ ਕਿ ਤੁਹਾਨੂੰ ਸਾਡੇ ਬਾਰੇ ਕਿਵੇਂ ਪਤਾ ਲੱਗਾ ਸੀ ਸਾਡੀ ਰੈਫਰੈਂਸ ਦੇ ਵਿੱਚੋਂ ਪਹਿਲਾਂ ਕਿਸੇ ਨੂੰ ਭੇਜਿਆ ਗਿਆ ਸੀ ਆਸਟ੍ਰੇਲੀਆ ਉਹਨਾਂ ਦੇ ਰੈਫਰੈਂਸ ਨਾਲ ਸਾਡੇ ਆਫਿਸ ਆਏ ਐਂਡ ਅੱਜ ਇਹਨਾਂ ਦੇ ਹੱਥ ਵੀ ਵੀਜ਼ਾ ਜੇਕਰ ਤੁਸੀਂ ਆਪਣੇ ਬੱਚੇ ਦੀ ਪ੍ਰੋਫਾਈਲ ਨੂੰ ਸਕੂਲਿੰਗ ਵੀਜ਼ਾ ਵਾਸਤੇ ਡਿਸਕਸ ਕਰਨਾ ਚਾਹੁੰਦੇ ਹੋ ਨਹੀਂ ਵੇਟ ਕਰਨਾ ਚਾਹੁੰਦੇ ਪਲੱਸ ਟੂ ਦੀ ਇੱਕ ਇਹੋ ਜਿਹਾ ਇਨਵਾਇਰਮੈਂਟ ਬੱਚੇ ਨੂੰ ਸਟਾਰਟਿੰਗ ਤੋਂ ਹੀ ਦੇਣਾ ਚਾਹੁੰਦੇ ਹੋ ਜਿਹਦੇ ਨਾਲ ਉਹਨਾਂ ਦੀ ਜ਼ਿੰਦਗੀ ਬਣੇ ਤਾਂ ਉਹ ਇਨਵਾਇਰਮੈਂਟ ਦਿੱਤਾ ਜਾ ਸਕਦਾ ਅੱਜ ਹੀ ਉਹ ਸੁਨਹਿਰੀ ਭਵਿੱਖ ਦੀ ਸਿਰਜਣਾ ਅੱਜ ਤੋਂ ਕੀਤੀ ਜਾ ਸਕਦੀ ਹੈ ਜਿੱਦਾਂ ਕਿ ਓਮਕਾਰ ਜੀ ਨੇ ਆਪਣੇ ਬੱਚੇ ਕਰਨਵੀਰ ਲਈ ਕੀਤੇ ਪੁੱਛਦੇ ਇਹਨਾਂ ਦਾ ਐਕਸਪੀਰੀਅੰਸ ਕੈਨਵਲ ਦੇ ਨਾਲ ਕੈਨਵਲ ਦੀ ਟੀਮ ਦੇ ਨਾਲ ਕਿਹੋ ਜਿਹਾ ਰਿਹਾ ਕੰਗ੍ਰੈਚੁਲੇਸ਼ਨਸ ਮੈਂ ਬਹੁਤ ਖੁਸ਼ ਹਾਂ ਤੁਹਾਡਾ ਬੇਟਾ ਖੁਸ਼ ਹੈ ਹਾਂਜੀ ਬਹੁਤ ਖੁਸ਼ ਹੈ ਬਹੁਤ ਤੁਸੀਂ ਖੁਸ਼ ਹੋ ਹਾਂਜੀ ਸਾਰਾ ਪਰਿਵਾਰ ਖੁਸ਼ ਹੈ ਬਹੁਤ ਤੁਸੀਂ ਕੈਨਵਲ ਨੂੰ 1 ਤੋਂ 10 ਕਿੰਨੇ ਨੰਬਰ ਦਿਓਗੇ ਮੈਂ 10 ਤੋਂ 10 ਹੀ ਦਿਆਂਗਾ ਥੈਂਕ ਯੂ ਵੈਰੀ ਮੱਚ ਤੁਸੀਂ ਮੈਨੂੰ ਦੱਸੋ ਜਦੋਂ ਸਕੂਲਿੰਗ ਵੀਜ਼ਾ ਬਾਰੇ ਸੋਚਿਆ ਜਾਂ ਸੋਚਿਆ ਹੋਏਗਾ ਜਾਂ ਸੁਣਿਆ ਹੋਏਗਾ ਤੁਹਾਨੂੰ ਲੱਗਦਾ ਸੀਗਾ ਕਿ ਇਹ ਹੋ ਸਕਦਾ ਬਿਕੋਜ਼ ਅਕਸਰ ਕੰਸਲਟੈਂਟ ਨਹੀਂ ਕਰਦੇ ਤੇ ਜਿਹੜੇ ਕਰਦੇ ਨੇ ਮੈਂ ਦੇਖਿਆ ਮਤਲਬ ਮੈਂ ਇਸ ਲਾਈਨ 'ਚ ਬਹੁਤ ਸਾਲਾਂ ਦੀ ਮੈਂ ਖੁਦ ਵੀ ਦੇਖਦੀ ਬਹੁਤ ਸਾਰੇ ਲੋਕਾਂ ਨੂੰ ਸਕੂਲਿੰਗ ਵੀਜ਼ਾ ਕਰਦੇ ਤੁਸੀਂ ਦੇਖਿਆ ਸੀ ਕਿਸੇ ਨੂੰ ਨਹੀਂ ਮੈਮ ਮੈਂ ਇੱਕ ਦੋ ਏਜੰਟ ਦੇ ਸਲਾਹ ਵੀ ਲਈ ਬਕਾਇਦਾ ਇਹਦੇ ਬਾਰੇ ਉਹ ਕਹਿੰਦੇ ਵੀ ਇਹ ਸਕੂਲਿੰਗ ਵੀਜ਼ਾ ਲੱਗਦਾ ਹੀ ਨਹੀਂਗਾ ਹਾਂਜੀ ਅਤੇ ਮੈਮ ਬਾਅਦ 'ਚ ਮੈਨੂੰ ਕਿਸੇ ਬਾਹਰ ਆਸਟ੍ਰੇਲੀਆ ਤੋਂ ਕਿਸੇ ਨੇ ਦੱਸਿਆ ਵੀ ਤੁਹਾਡੇ ਬਾਰੇ ਕੈਨਵਰਡ ਦੀ ਟੀਮ ਬਾਰੇ ਫਿਰ ਮੈਂ ਇੱਥੇ ਆਇਆ ਮੈਮ ਮੈਨੂੰ ਬਹੁਤ ਵਧੀਆ ਲੱਗਾ ਹੁਣ ਤਾਂ ਬਹੁਤ ਹੀ ਵਧੀਆ ਲੱਗ ਰਿਹਾ ਜਦੋਂ ਵੀਜ਼ਾ ਲੱਗ ਕੇ ਹਾਂਜੀ ਪਰ ਤੁਸੀਂ ਆਪਣੇ ਦੂਸਰੇ ਬੱਚੇ ਨੂੰ ਵੀ ਇਸ ਬਾਹਰ ਭੇਜਣਾ ਹਾਂਜੀ ਕਿਹੜੀ ਕਲਾਸ ਪੜ੍ਹ ਰਹੇ ਆ ਮੈਂ 6th ਪੜ੍ਹ ਰਿਹਾ ਬਸ ਠੀਕ ਹੈ 6th ਤੋਂ ਬਾਅਦ ਜਦੋਂ ਪੜ੍ਹਾਈ ਖਤਮ ਹੁੰਦੀ ਹੈ ਤੁਸੀਂ ਬੁਲਾਓ ਅਸੀਂ ਉਹਨਾਂ ਨੂੰ ਵੀ ਬਾਹਰ ਭੇਜਦੇ ਆ ਬ੍ਰਦਰ ਦੋਨੋਂ ਇਕੱਠੇ ਪੜ੍ਹਨ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਹੈ ਤੁਸੀਂ ਜਾਣ ਦੀ ਤਿਆਰੀ ਕਦੋਂ ਕਰਨੀ ਹੈ ਹੁਣ ਮੈਂ ਬਸ ਅਗਲੇ ਸਾਲ ਫੇਰ ਕਰ ਰਹੇ ਆ ਤੁਸੀਂ ਤੁਹਾਨੂੰ ਵੀ ਭੇਜਦੇ ਆ ਹੁਣ ਠੀਕ ਹੈ ਜੇਕਰ ਤੁਹਾਡੀ ਪ੍ਰੋਫਾਈਲ ਰਿਫਿਊਜ਼ਡ ਹੈ ਜੇਕਰ ਤੁਸੀਂ ਨਿਰਾਸ਼ ਹੋ ਜੇਕਰ ਤੁਸੀਂ ਆਪਣੇ ਬੱਚੇ ਦੀ ਪ੍ਰੋਫਾਈਲ ਨੂੰ ਡਿਸਕਸ ਕਰਨਾ ਚਾਹੁੰਦੇ ਹੋ ਹਰ ਹਾਲਾਤ ਡਿਫਰੈਂਟ ਨੇ ਹਰ ਵੀਜ਼ਾ ਪ੍ਰੋਫਾਈਲ ਡਿਫਰੈਂਟ ਹੈ ਹਰ ਕਲਾਇੰਟ ਦੀ ਪ੍ਰੋਫਾਈਲ ਡਿਫਰੈਂਟ ਹੈ ਆਪਣੀ ਪ੍ਰੋਫਾਈਲ ਨੂੰ ਆ ਕੇ ਪਰਸਨਲੀ ਮੇਰੇ ਨਾਲ ਡਿਸਕਸ ਕਰੋ ਜੇਕਰ ਉਹ ਸਕੂਲਿੰਗ ਹੈ ਵਿਜ਼ਿਟਰ ਹੈ ਪੀਆਰ ਹੈ 491 ਹੈ 494 ਐਨੀ ਟਾਈਪ ਆਫ ਵੀਜ਼ਾ 485 ਪੀਆਰ ਹੈ ਤੁਸੀਂ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਡਿਸਕਸ ਕਰਨਾ ਚਾਹੁੰਦੇ ਹੋ ਮੋਰ ਦੈਨ ਵੈਲਕਮ ਟੂ ਬੁੱਕ ਅਪ ਐਨ ਅਪਾਇੰਟਮੈਂਟ ਵਿਦ ਮੀ ਇਨ ਪਰਸਨ ਕਾਲ ਓਨ ਦਾ ਹੈਲਪਲਾਈਨ 9216310310